पुस्तत मन में कर निरंकार। अज दे उस्तत मन में कर निरंकार दे प्रोग्राम दे विच असी अपने समूह दर्शकों नूं जी आखते हाँ ते असी अपने विचार नूं उत्थों ही शुरू करदे हाँ जिथे असी अपने विचार पिछले प्रोग्राम दे विच छड्डी सी। असी गुरु नानक पातशाह जी दे इस महान शब्द ते विचार कर रहे हाँ जिहड़ा उन्होंने राग बिलावल दे विच उचारण किया। गुरु पातशाह फरमाउंदे आ के क्या हों कथी कथे कथ देखा मैं अकथ ना कथ ना जाई। हे वाहिगुरु मैं तेनू किस तरह बयान करा, मैं तेनू बयान करदा हां ते मैनू समझ पैंदी है कि तेरे स्वरूप नू मैं बयान करना मेरे लिए बहुत मुश्किल है, औखा है, बयान हो नहीं सकता। जो तुद भावे सोई अखां तिल तेरी वडियाई। जिहड़ी रता मात्र मैं तेरी वडियाई करदा हाँ, तेरी सिफत करदा हाँ, वह भी तू मैनू जितनी कु समझ बख्शदा हाँ मैं उहदे हिसाब नाल तेरे स्वरूप नूं बयान करता। सो अज दी विचार चर्चा विच साडे नाल शामिल होणगे नी संतोख सिंह जी। सवाल असीं अपने विचार नूं अकां तो ज्ञानी जी वाहिगुरु जी का खालसा वाहिगुरु जी की फतेह। अच्छा ज्ञानी जी, इत्थे महाराज ने इस दो पंक्तियां दे विच महाराज सानूं दस्या हांजी कि उस वाहिगुरु दा जिहड़ा स्वरूप आ जी, जे असीं कहीए ना भाई सारा ही उस रूप जिहड़ा आ असीं बयान कर लईए उह नहीं हो सकदा। दूजा इह आ वी जितनी असीं सिफत सलाह असीं करदे हाँ उह सिर्फ उन्नी कोई हो सकदी आ जिन्ना क उह मालिक सानूं समर्था बख्शदा। हांजी, जिन्नी को सानूं सोझी बख्शदा। हुण इत्थे आ के जिहड़ा अकाल पुरख का सारा स्वरूप है वह की आ जी? वह हैगा सारी कुदरत। उहनूं हुण लिमिटेड विच कर किदां दा देखो सारा स्वरूप जिहड़ा आ वह तां बयान तों बाहर आया, जिहड़ा उहदा अपना निज स्वरूप है वह भी बयान तों बाहर। असीं कोई भी गुरु नानक पातशाह जी ने भी महाराज ने कह दिता ਬਿਆਨ ਤਿਆ ਬਈ ਤੇਰੇ ਸਾਰੇ ਸਰੂਪ ਨੂੰ ਬਿਆਨ ਕਰਨਾ, ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਆਹ ਬਈ ਉਹ ਸਾਡੀ ਸਮਰੱਥਾ ਨਹੀਂ, ਅਸੀਂ ਨਹੀਂ ਕਰ ਸਕਦੇ ਜੀ। ਜਿੰਨਾ ਕੁ ਸਾਨੂੰ ਤੂੰ ਸੋਝੀ ਬਖਸ਼ਦਾ ਆ ਉਨੀ ਕੁ ਤਾਂ ਅਸੀਂ ਜ਼ਰੂਰ ਤੈਨੂੰ ਬਿਆਨ ਕਰਦੇ ਹਾਂ, ਉਹ ਵੀ ਤੇਰੀ ਦਿੱਤੀ ਹੋਈ ਮਤ ਅਨੁਸਾਰ ਸਮਰੱਥਾ ਨਾਲ। ਉਹ ਗੱਲ ਕੀ ਆ ਕਿ ਆਖਿਰਕਾਰ ਗੁਰੂ ਮਹਾਰਾਜ ਜੀ ਜਿੱਦਾਂ ਹੁਣ ਇਹ ਸ਼ਬਦ ਦੇ ਵਿੱਚ ਗੁਰੂ ਮਹਾਰਾਜ ਜੀ ਆਪਣੇ ਆਪ ਦੇ ਲਈ ਜਿਹੜੇ ਵਿਸ਼ੇਸ਼ਣ ਹਨ, ਜਾਣ ਦਾ ਜਾਂ ਆਪਣੇ ਆਪ ਨੂੰ ਇਹ ਕਹਿਣਾ ਕਿ ਮੂਰਖ ਦਾ, ਜਦੋਂ ਇਹ ਵਿਸ਼ੇਸ਼ਣ ਦੇ ਕੇ ਉਹ ਦੱਸ ਰਹੇ ਆ, ਇਹਦਾ ਮਤਲਬ ਇਹ ਆ ਵੀ ਗੁਰੂ ਸਾਹਿਬ ਜੀ ਸਿੱਖ ਦੀ ਮਨੋਦਸ਼ਾ ਨੂੰ ਜਾਣਦੇ ਆ, ਕਿਉਂਕਿ ਜਿਹੜਾ ਸਿੱਖ ਆ ਉਹ ਹੈਗਾ ਸਿੱਖਿਆਰਥੀ, ਵਿਦਿਆਰਥੀ, ਲਰਨਰ। ਉਹਨੇ ਸਿੱਖਿਆ ਲੈਣੀ ਆ, ਕਾਹਦੀ ਲੈਣੀ? ਰੂਹਾਨੀਅਤ ਦੀ ਲੈਣੀ ਆ। ਹੁਣ ਗੁਰੂ ਆਪ ਤਤ ਨਿਰੰਜਨ ਆ, ਜੋਤ ਸਵਾਈ ਆ, ਅਤੇ ਜੋਤ ਦੇ ਵਿੱਚ ਤਾਂ ਉਹਦੇ ਵਿੱਚ ਕੋਈ ਭੇਦ ਨਹੀਂ ਗਾ। ਗੁਰਬਾਣੀ ਇਹਦਾ ਸਾਰਾ ਐਵੀਡੈਂਸ ਸਾਨੂੰ ਦਿੰਦੀ ਹੈ। ਹੁਣ ਗੁਰੂ ਮਹਾਰਾਜ ਇਹ ਵੀ ਦੱਸਦੇ ਆ ਵੀ ਵੈਦ ਉਹੀ ਆ ਜਿਹੜਾ ਬਿਮਾਰੀ ਨੂੰ ਪਛਾਣੇ ਅਤੇ ਬਿਮਾਰੀ ਦਾ ਸਹੀ ਟ੍ਰੀਟਮੈਂਟ ਵੀ ਕਰੇ। ਸੋ ਵੈਦ ਜਿਹੜਾ ਗੁਰੂ ਆ ਉਹਨੂੰ ਸਾਰਾ ਪਤਾ ਕਿ ਸਿੱਖ ਦੇ ਬਿਮਾਰੀ ਕਿਹੜੀ ਆ, ਭਾਵ ਸੰਸਾਰ ਦੇ ਵਿੱਚ ਜਿਹੜੀ ਬਿਮਾਰੀ ਮੂਲ ਰੂਪ ਵਿੱਚ ਕਿਹੜੀ ਆ ਅਤੇ ਉਹ ਬਿਮਾਰੀ ਦਾ ਟ੍ਰੀਟਮੈਂਟ ਕਿੱਦਾਂ ਕੀਤਾ ਜਾਣਾ। ਜਿਸ ਤਰੀਕੇ ਨਾਲ ਕੋਈ ਮਨ ਦੀ ਬਿਮਾਰੀ ਹੋਵੇ ਤਾਂ ਉਹਨੂੰ ਮਨ ਕਰਕੇ ਬੁੱਝਣਾ ਪੈਂਦਾ, ਜੇ ਸਰੀਰ ਦੀ ਬਿਮਾਰੀ ਸਰੀਰ ਕਰਕੇ ਬੁੱਝਣਾ ਪੈਂਦਾ। ਸੋ ਇਸੇ ਤਰੀਕੇ ਨਾਲ ਜਿਹੜੇ ਸਾਡੇ ਮਨ ਦੀ ਬਿਮਾਰੀ ਆ ਉਹ ਹੈਗੀ ਹਉਮੈ। ਗੁਰੂ ਸਾਹਿਬ ਜੀ ਉਸ ਹਉਮੈ ਦੇ ਵਿੱਚ ਇੱਕ ਸਿੱਖ ਦਾ ਜੀਵਨ ਦੇਖਦੇ ਆ ਵੀ ਇੱਥੇ ਇਹ ਮੂਰਖ ਬਣਿਆ ਆ, ਇੱਥੇ ਇਹ ਅਣਜਾਣ ਬਣਿਆ ਆ, ਇੱਥੇ ਅਗਿਆਨੀ ਆ, ਇਹਨੂੰ ਨਹੀਂ ਪਤਾ ਕਾਹੇ ਦਾ।
ਹੁਣ ਜਿੱਦਾਂ ਜਿੱਦਾਂ ਇਹ ਆਪਣੇ ਅੰਦਰੋਂ ਗੁਰੂ ਦੇ ਆਸ਼ੇ ਅਨੁਸਾਰ ਆਪਣੇ ਆਪ ਨੂੰ ਐਡਮਿਟ ਕਰੇ ਵੀ ਮੈਂ ਮੂਰਖ ਹਾਂ, ਮੈਂ ਗਿਆਨੀ ਹਾਂ, ਮੈਨੂੰ ਨਹੀਂ ਪਤਾ, ਹੁਣ ਜਿਹੜਾ ਅਣਜਾਣ ਆ ਉਹ ਤਾਂ ਜਾਣਨ ਦੀ ਟਰਾਈ ਕਰੂਗਾ ਵੀ ਮੈਨੂੰ ਜਾਣਨਾ ਚਾਹੀਦਾ, ਫਿਰ ਜੇ ਮੈਂ ਅਣਜਾਣ ਆ ਕਿਸੇ ਪੱਖ ਤੋਂ ਤਾਂ ਮੈਨੂੰ ਜਾਣਨਾ ਚਾਹੀਦਾ। ਹੁਣ ਜਾਣਨਾ ਜੇ ਕੀ ਆ, ਉਹ ਕਹਿੰਦੇ ਜਾਣ ਜਾਣ ਕੇ ਇਤਨਾ ਜਾਣ ਲੈਣਾ ਕਿ ਉਹ ਬੇਅੰਤ ਆ, ਇਹ ਹੀ ਜਾਣਨਾ ਸਭ ਤੋਂ ਵਧੀਆ ਆ। ਮਤਲਬ ਇਹ ਨਹੀਂ ਗਾ ਗੱਲ ਕਿ ਪਹਿਲਾਂ ਹਥਿਆਰ ਛੱਡ ਦੇਣੇ ਆ ਵੀ ਮੈਂ ਹੁਣ ਉਪਮਾ ਕਰ ਨਹੀਂ ਸਕਦਾ। ਹੁਣ ਦੇਖੋ ਗਿਆਨੀ ਜੀ, ਕਿਉਂਕਿ ਗੁਰਬਾਣੀ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ, ਵੇਟ ਕਰਿਓ, ਗੁਰਬਾਣੀ ਦੇ ਵਿੱਚ ਜਦੋਂ ਗੁਰੂ ਸਾਹਿਬ ਜੀ ਉਹਨੂੰ ਕਹਿ ਰਹੇ ਆ ਵੀ ਬੇਅੰਤ ਆ, ਉਹਦਿਆਂ ਦੇ ਸਾਹਮਣੇ ਉਹਦਾ ਨਿਰੰਕਾਰ ਰੂਪ ਆ, ਨਿਰੰਕਾਰ ਨੂੰ ਆਕਾਰ ਦੇ ਵਿੱਚ ਫਿੱਟ ਕਰਕੇ ਕੋਈ ਦੱਸ ਨਹੀਂ ਸਕਦਾ। ਹੁਣ ਸਿੱਖ ਤਾਂ ਪਹਿਲਾਂ ਹੀ ਅਣਜਾਣ ਰੂਪ ਦੇ ਵਿੱਚ ਬੈਠਾ, ਤਾਂ ਪਤਾ ਹੀ ਨਹੀਂ ਕਿਸੇ ਦਾ, ਉਹ ਪਹਿਲਾਂ ਯਾਤਰਾ ਕਰਾਉਂਦੇ ਆ ਭਾਈ, ਇਸ ਜਿਹੜਾ ਹੋਮ ਭਾਵ ਸਾਨੂੰ ਦਿੱਤਾ ਆ ਇਹਨੂੰ ਵਰਤੋ, ਵਰਤਣਾ ਕਿੱਧਰ ਨੂੰ ਆ, ਉਹਨੂੰ ਜਾਣਨ ਦੇ ਵਿੱਚ ਜਿਹੜਾ ਇਕੱਠ ਆ, ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ, ਉੱਥੇ ਤੱਕ ਜਾ ਕੇ ਆਪਣੇ ਅੰਦਰ ਜਿਹੜੇ ਗੁਣ ਆਉਣੇ ਆ, ਨਹੀਂ ਤਾਂ ਨਹੀਂ ਆਉਣੇ। ਸੋ ਗੁਣਾਂ ਦਾ ਕਾਇਲ ਹੋਇਆ ਆ, ਫਿਰ ਇਹ ਆਪਣੇ ਆਪ ਨੂੰ ਕਹਿੰਦਾ, ਅਰਦਾਸ ਦੇ ਵਿੱਚ ਜੁੜਦਾ ਵੀ ਮੈਂ ਆਇਆ, ਮੈਂ ਆਇਆ, ਮੈਂ ਆਇਆ, ਮੈਨੂੰ ਜੋੜੀ ਰੱਖ। ਕਿਉਂ? ਅੰਦਰ ਖਜ਼ਾਨੇ ਨੂੰ ਹੱਥ ਪੈ ਗਿਆ, ਇਹ ਖਜ਼ਾਨੇ ਨੂੰ ਟਿਕਿਆ ਰੱਖਣ ਦੇ ਲਈ ਇਹ ਜ਼ਰੂਰੀ ਹੈ ਕਾਰਜ। ਹੁਣ ਦੇਖੋ ਬਾਣੀ ਦੇ ਵਿੱਚ ਥਾਂ ਪਰ ਥਾਂ ਜਿਹੜਾ ਪਰਮਾਰਥ ਦੇ ਪਾਸੇ ਨੂੰ ਤੁਰਿਆ ਆ ਨਾ ਜੀ ਜੀ, ਉਹਨੂੰ ਮਹਾਰਾਜ ਜਨ ਕਹਿੰਦੇ ਆ, ਭਗਤ ਜਨ। ਹੁਣ ਜਨ ਦਾ ਆਖਰੀ ਅਰਥ ਅਸੀਂ ਇਹ ਵੀ ਲੈ ਸਕਦੇ ਹਾਂ ਵੀ ਜਿਹੜਾ ਜਾਣਨ ਦੀ ਮਤਲਾਸ਼ਾ ਆ, ਜਿਹਦੇ ਅੰਦਰ ਚਾਹਨ ਆਇਆ ਜਾਣਨ ਦੀ, ਉਸ ਅਕਾਲ ਪੁਰਖ ਨੂੰ ਮੈਂ ਅਜਾਣ ਜਨ ਤਰਬੀ ਨਾ ਜਾਣੂ, ਬਾਪ ਬੀਟਲਾ ਬਾਂਹਦੇ ਬਾਂਹਦੇ, ਵੀ ਮੈਂ ਅਣਜਾਣ ਆ, ਜਾਣਨ ਦਾ ਤੈਨੂੰ ਚਾਹੁੰਦਾ ਆ ਹੈ ਜੀ, ਤਰਬੋ ਨਾ ਜਾਣ, ਹਾਂ ਪਰ ਮੈਨੂੰ ਇਹ ਸੰਸਾਰ ਸਮੁੰਦਰ ਤੋਂ ਤਰਨ ਦਾ ਕੋਈ ਤਰੀਕਾ ਨਹੀਂ ਪਤਾ, ਤੂੰ ਮਨ ਬਾਂਹਦੇ, ਹਾਂ ਤੂੰ ਬਾਂਹ ਫੜਾ, ਕਿਉਂਕਿ ਤੂੰ ਇਹ ਤੋਂ ਬਾਹਰ ਆ, ਕਿਉਂਕਿ ਤੂੰ ਨਿਰੰਜਨ ਆ। ਹਾਂ ਹਾਂ, ਹੁਣ ਗੁਰੂ ਪਾਤਸ਼ਾਹ ਜਿਹੜੇ ਕਿ ਆਪ ਨਾਰਾਇਣ ਕਲਾ ਧਾਰ ਜਗਮੇ ਪਰਵਰਿਓ ਜੀ ਜੀ, ਉਹ ਸਾਨੂੰ ਗਾਈਡ ਕਰ ਰਹੇ ਆ ਵੀ ਅਸੀਂ ਸਿਫਤ ਸਲਾਹ ਉਸ ਮਾਲਕ ਦੀ ਕਿੱਦਾਂ ਕਰ। ਹਾਂ, ਸੋ ਇਸ ਕਰਕੇ ਸਾਨੂੰ ਇਹਨਾਂ ਗੱਲਾਂ ਦੇ ਉੱਤੇ ਪੂਰਾ ਫੋਕਸ ਰੱਖ ਕੇ ਗੱਲ ਹੋਣੀ ਚਾਹੀਦੀ ਆ, ਨਹੀਂ ਤਾਂ ਜਿਹੜਾ ਵਿਪਰ ਸੋਚ ਆ ਉਹ ਆਮ ਤੌਰ ਦੇ ਉੱਤੇ ਇੱਦਾਂ ਦੀਆਂ ਕਟੀਸ਼ਨਾਂ ਕੱਢ ਕੇ ਦਿੰਦੀ ਆ, ਗੁਰੂ ਸਾਹਿਬ ਜੀ ਤਾਂ ਆਪ ਅਧੂਰੇ ਸੀ, ਉਹਨਾਂ ਨੇ ਸਾਨੂੰ ਪੂਰੇ ਕਿੱਥੋਂ ਕਰ ਦੇਣਾ। ਗੁਰੂ ਪੂਰਾ ਆ, ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਆ, ਗੁਰੂ ਤੋਂ ਹੀ ਨਾਮ ਦੀ ਪ੍ਰਾਪਤੀ ਹੁੰਦੀ, ਗੁਰੂ ਤੋਂ ਹੀ ਗਿਆਨ ਮਿਲਦਾ, ਗੁਰੂ ਕੰਪਲੀਟ ਆ, ਗੁਰੂ ਸਦਾ ਰਹਿਣ ਵਾਲਾ ਆ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਸੋ ਇਸ ਕਰਕੇ ਜਦੋਂ ਇਹ ਵਿਸ਼ੇਸ਼ਣ ਆ ਜਿਹੜੇ ਲਕਬ ਦਿੰਦੇ ਆ, ਇਹ ਇੱਕ ਸਿੱਖ ਦੇ ਲਈ ਸਿੱਖ ਨੂੰ ਸੋਚਣਾ ਚਾਹੀਦਾ ਵੀ ਮੇਰੇ ਕੋਲ ਆ, ਮੈਂ ਹੀ ਅਣਜਾਣ ਆ, ਮੈਨੂੰ ਤਾਂ ਪਤਾ ਹੀ ਨਹੀਂ ਗਾ ਵੀ ਉਹ ਕਿਹੜੇ ਗੁਣ ਆ। ਸੋ ਇਸ ਕਰਕੇ ਉਹਨਾਂ ਗੁਣਾਂ ਨੂੰ ਜਾਣਨ ਦੇ ਲਈ ਗੁਰੂ ਦੀ ਉਂਗਲੀ ਫੜ ਕੇ ਸਾਨੂੰ ਤੁਰਨਾ ਪੈਣਾ, ਕਿਉਂਕਿ ਰਹਾਉ ਦਾ ਬੰਦ ਉਹਦੇ ਵਿੱਚ ਗੁਰੂ ਮਹਾਰਾਜ ਜੀ ਨੇ ਦੱਸ ਦਿੱਤਾ ਨਾ ਵੀ ਗੱਲ ਆ ਆ ਭਾਈ। ਇਹ ਤੋਂ ਬਾਅਦ ਹੁਣ ਬਾਕੀ ਗੱਲ ਆਲੇ ਦੁਆਲੇ ਦਾ ਮੇਕਅਪ ਕਰਕੇ ਦੱਸਦੇ ਆ, ਉਹਦੇ ਵਿੱਚ ਅਲੰਕਾਰਤ ਵੀ ਗੱਲ ਆਉਣੀ ਆ, ਜਿਹੜੀ ਅਲੰਕਾਰਤ ਹੁੰਦੀ ਆ ਉਹ ਕਿਸੇ ਗੱਲ ਨੂੰ ਸਟ੍ਰੈਸ ਦਿੱਤਾ ਜਾਂਦਾ ਵੀ ਜੇ ਤੇਰੇ ਕੋਲ ਅਲੰਕਾਰ ਕੋਈ ਰਾਜੇ ਦਾ ਸੁਲਤਾਨ ਦਾ ਦਿੱਤਾ, ਇਹਦਾ ਮਤਲਬ ਦੁਨੀਆ ਦੇ ਵਿੱਚ ਸੋਚ ਸਮਝ ਇੱਦਾਂ ਡਿਵੈਲਪ ਹੁੰਦੀ ਆ। ਅੱਜ ਵੀ ਯੂਨੀਵਰਸਿਟੀਆਂ ਸਕੂਲਾਂ ਦੇ ਵਿੱਚ ਚਲ ਜਾਓ, ਜਦੋਂ ਵੀ ਵਿੱਦਿਆ ਪੜ੍ਹਾਉਂਦੇ ਆ ਜਾਂ ਐਜੂਕੇਸ਼ਨ ਦਿੰਦੇ ਆ, ਉਹ ਐਜੂਕੇਸ਼ਨ ਦਿੰਦੇ ਐਗਜ਼ੈਂਪਲਾਂ ਅੱਜ ਵੀ ਫਿਜ਼ੀਕਲ ਵਰਲਡ ਦੀਆਂ ਹੀ ਦਿੰਦੇ ਆ। ਸੋ ਇਸ ਕਰਕੇ ਗੁਰੂ ਸਾਹਿਬ ਵੀ ਉਹੀ ਐਗਜ਼ੈਂਪਲ ਦੇਣੀ ਜਿਹੜੀ ਇਨਸਾਨ ਨੂੰ ਸਮਝ ਲੱਗਦੀ ਹੈ, ਕਿਉਂਕਿ ਹਉਮੈ ਦਾ ਪੈਟਰਨ ਆ, ਹਉਮੈ ਫਿਜ਼ੀਕਲ ਨੂੰ ਸਮਝਦਾ, ਜਿਹੜਾ ਪਿੱਛੇ ਨਿਰੰਕਾਰੀ ਆ ਆਤਮਿਕਤਾ ਆ ਉਹਨੂੰ ਸਮਝਦਾ ਨਹੀਂ ਗਾ। ਸੋ ਇਸ ਕਰਕੇ ਆਤਮਿਕਤਾ ਨੂੰ ਲਿਜਾਣ ਦੇ ਲਈ ਉਹਨੂੰ ਫਿਜ਼ੀਕਲ ਐਗਜ਼ੈਂਪਲਾਂ ਗੁਰੂ ਮਹਾਰਾਜ ਦੇ ਰਹੇ ਆ ਵੀ ਤੂੰ ਇੱਦਾਂ ਕਰ, ਤੂੰ ਇੱਦਾਂ ਕਰ, ਤੂੰ ਇੱਦਾਂ ਕਰ, ਤਾਂ ਗੱਲ ਬਣਦੀ। ਹਾਂਜੀ, ਹੁਣ ਦੇਖੋ ਜਿਸ ਵੇਲੇ ਸਿੱਖ ਨੇ ਸਿਫਤ ਸਲਾਹ ਵਿੱਚ ਜੁੜਨਾ ਹੈ, ਉਹਦੇ ਜਾਣੀ ਕਿ ਮਨੋਦਸ਼ਾ ਕਿਹੋ ਜਿਹੀ ਹੋਣੀ ਚਾਹੀਦੀ ਆ ਜੀ, ਉਹ ਪਾਤਸ਼ਾਹ ਬਿਆਨ ਕਰ ਰਹੇ ਆ ਜਿਸ ਤਰ੍ਹਾਂ ਕਹਿ ਰਹੇ ਆ ਵੀ ਕਿਆ ਹੋ ਕਥੀ ਕਥੇ ਕਥ ਦੇਖਾ ਜੀ ਜੀ ਜੀ, ਮੈਂ ਅਕਥ ਨਾ ਕਥ ਨਾ ਜਾਈ ਜੀ, ਅਤੇ ਮੈਂ ਤੈਨੂੰ ਕਿਸ ਤਰ੍ਹਾਂ ਕਥਨ ਕਰਾਂ, ਮੈਂ ਤੈਨੂੰ ਕਿਸ ਤਰ੍ਹਾਂ ਬਿਆਨ ਕਰਾਂ। ਬਿਲਕੁਲ, ਹੈ ਅਤੇ ਮੈਂ ਤੈਨੂੰ ਬਿਆਨ ਕਰਦਾ ਹਾਂ ਪਰ ਤੇਰਾ ਸਰੂਪ ਜਿਹੜਾ ਆ ਉਹ ਇਕੱਠ ਆ। ਬਿਲਕੁਲ,
ਉਹ ਸਾਰਾ ਸਰੂਪ ਜਿਹੜਾ ਬਿਆਨ ਕਰਨਾ ਮੇਰੀ ਸਮਰੱਥਾ ਤੋਂ ਬਾਹਰ ਆ। ਅਤੇ ਆਮ ਇਨਸਾਨ ਨੇ ਇਹਦੀ ਮੂਰਤੀ ਬਣਾ ਕੇ ਪੇਸ਼ ਕੀਤੀ ਹੋਈ ਸੀ, ਆਮ ਇਨਸਾਨ ਉਹਨੂੰ ਮੂਰਤੀ 'ਚ ਦਿਖਦਾ ਸੀ। ਸੋ ਗੁਰੂ ਮਹਾਰਾਜ ਦਾ ਸਿਫਤ ਸਲਾਹ ਦਾ ਕੰਮ ਇਹ ਹੀ ਆ ਵੀ ਸਾਨੂੰ ਆਕਾਰ ਦੀ ਫਿਲੋਸਫੀ 'ਚੋਂ ਕੱਢ ਕੇ ਨਿਰੰਕਾਰ ਤੱਕ ਪਹੁੰਚਾਉਣਾ, ਜਿਹੜਾ ਇਕੱਠ ਆ, ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਜਿੱਦਾਂ ਕਹਿ ਦਈਏ ਸਮੁੰਦਰ ਦੇ ਕੰਢੇ ਜਾ ਕੇ ਜਦੋਂ ਕੋਈ ਖੜ੍ਹ ਜਾਂਦਾ, ਮੈਂ ਕਹਿੰਦਾ ਫਿਰ ਕੀ ਇਹਨੂੰ ਬਿਆਨ ਕਰਾਂ ਹੁਣ ਮੈਂ? ਉਹ ਕਹਿੰਦੇ ਫਿਰ ਜੇਤਾ ਕੀਤਾ ਤੇਤਾ ਨਾ ਹੋ, ਫਿਰ ਇੱਦਾਂ ਕਹਿਣਾ ਪੈਂਦਾ ਵੀ ਤੂੰ ਜਿੱਡਾ ਵੱਡਾ ਹੈਗਾ ਉੱਡਾ ਵੱਡਾ ਤੇਰਾ ਨਾਮ ਹੈ। ਹੁਣ ਦੇਖੋ ਇੱਥੇ ਮੈਨੂੰ ਗੱਲ ਚੇਤੇ ਆ ਗਈ ਆ ਜੀ, ਇੱਕ ਸੱਜਣ ਨੇ ਮੈਨੂੰ ਲਿੰਕ ਘੱਲਿਆ ਦੂਸਰੇ ਦਾ ਇੰਟਰਨੈਟ ਤੋਂ ਜੀ ਜੀ, ਜਿਹਦੇ ਵਿੱਚ ਇੱਕ ਨਰਾਇਣ ਦਾਸ ਨਾਂ ਦਾ ਇੱਕ RSS ਦਾ ਕੋਈ ਜਿਹਨੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੇ ਉੱਤੇ ਕਿੰਤੂ ਕੀਤਾ ਸੀ, ਭਗਤ ਨਾਮਦੇਵ ਜੀ? ਨਹੀਂ ਨਹੀਂ, ਇੱਕ ਸ਼ਾਇਦ ਉਹੀ ਹੋਊਗਾ, ਉਹੀ ਆ ਮੇਰੇ ਖਿਆਲ 'ਚ, ਉਹ ਭਗਵੇਂ ਦੇ ਕੱਪੜੇ ਦੇ ਕੇ ਪਾ ਗਏ, ਭਗਵੇਂ ਤਿਲਕ ਲਾਇਆ। ਉਹ ਵਾਹਿਗੁਰੂ ਲਫ਼ਜ਼ ਦੇ ਬਾਰੇ ਦੇ ਵਿੱਚ ਉਹ ਕਹਿ ਰਿਹਾ ਕੁਛ। ਅੱਛਾ ਜੀ। ਉਹ ਕਹਿੰਦਾ ਜੀ ਵਾਹਿਗੁਰੂ ਲਫ਼ਜ਼ ਜਿਹੜਾ ਆ ਇਹ ਦੋ ਥਾਂ 'ਤੇ ਆਇਆ, ਭੱਟ ਸਾਹਿਬ ਨੇ ਉਹਨਾਂ ਦੇ ਸਬੀਆਂ ਦੇ ਵਿੱਚ ਆਇਆ ਜੀ ਜੀ, ਅਤੇ ਉਹਦੇ ਵਿੱਚ ਉਹ ਕਹਿੰਦਾ ਬਈ ਹੁਣ ਜਿਹੜਾ ਵਾਹਿਗੁਰੂ 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 ਵਾਹਿਜੀਓ, ਅਤੇ ਇਹ ਕਿਹਨੂੰ ਕਿਹਾ? ਕਬਲ ਨੈਣ ਮਧਰ ਬੈਨ ਕੋਟ ਸੈਨ ਸੰਗ ਸੋਭ ਕਹਿਤਮਾ ਜਸੋਧ ਜਸੇ ਦਹੀਂ ਭਾਤ ਖਾਏ ਜੀਓ ਜੀ। ਹੁਣ ਉਹ ਕਹਿੰਦਾ ਆ ਬਈ ਇਹ ਉਹਦੀ ਨਿਸ਼ਾਨੀ ਵਾਹਿਗੁਰੂ ਦੀ ਇਹ ਆ ਬਈ ਉਹਦੇ ਕਬਲ ਨੈਣ ਆ, ਮਧੁਰ ਬੈਨ ਆ, ਬੋਲੀ ਆ, ਹਾਂ ਕੋਟ ਸੈਨ ਆ, ਅਤੇ ਹੋਰ ਉਹ ਅਤੇ ਦਹੀਂ ਭਾਤ ਦੇ ਨਾਲ ਜਸੋਧਾ ਦੇ ਕੋਲੋਂ ਖਾਂਦਾ ਆ, ਉਹ ਤਾਂ ਕ੍ਰਿਸ਼ਨ ਜੀ ਆ, ਅਲੰਕਾਰ ਦੇ ਵੱਲ ਲੈ ਗਿਆ ਉਹਦਾ। ਜਾਣੀ ਕਿ ਜਿਤਨੀ ਵੀ ਉਹ ਵਿਆਖਿਆ ਕਰ ਰਿਹਾ ਵਾਹਿਗੁਰੂ ਸ਼ਬਦ ਦੀ ਬਿਲਕੁਲ ਗੁਰਮਤ ਤੋਂ, ਗੁਰਬਾਣੀ ਦੀ ਸੋਚ ਤੋਂ ਬਿਲਕੁਲ ਉਲਟ ਕਰ ਰਿਹਾ ਜੀ ਜੀ ਜੀ। ਹੁਣ ਇੱਥੇ ਤਾਂ ਦੇਖੋ ਬੁਨਿਆਦੀ ਤੌਰ ਦੇ ਉੱਤੇ ਗੁਰੂ ਜਿਹੜਾ ਹੈਗਾ ਅਕਾਲ ਪੁਰਖ ਆ ਜੀ, ਉਹਦਾ ਰੂਪ ਅਸੀਂ ਸਮਝਦੇ ਹਾਂ ਬਈ ਸ਼ਬਦ ਆ, ਸ਼ਬਦ ਆ ਜਿਹੜਾ ਕਿ ਸਰੀਰ ਵਿੱਚ ਗੁਰੂ ਨਾਨਕ ਦੇ ਜਾਂ ਦਸਾਂ ਗੁਰੂਆਂ ਦੇ ਸਰੀਰ ਦੇ ਵਿੱਚ ਸ਼ਬਦ ਜਿਹੜਾ ਆ ਉਹ ਭਗਤਾਂ ਦੇ ਵੀ ਸਾਰੇ, ਕਿਉਂਕਿ ਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ ਜੀ ਬਿਲਕੁਲ। ਹੁਣ ਅਸੀਂ ਇਹ ਸਮਝਦੇ ਹਾਂ ਬਈ ਉਹਦਾ ਰੂਪ ਜਿਹੜਾ ਆ ਉਸ ਆਦਿ ਗੁਰੂ ਦਾ, ਉਹ ਇਸ ਧਰਤੀ ਉੱਤੇ ਜੀਵਾਂ ਨੂੰ ਸਿੱਖਿਆ ਦੇਣ ਲਈ ਸਦਾ ਤੋਂ ਆ, ਹਾਂ ਗੁਰੂ ਨਾਨਕ ਪਾਤਸ਼ਾਹ ਜਾਂ ਬਾਕੀ ਜਿਹੜੇ 10 ਗੁਰੂ ਹੋਏ ਆ ਜੀ ਜੀ ਜੀ, ਉਹਨਾਂ ਦੇ ਵਿੱਚ ਉਹਨਾਂ ਨੇ ਕੀਤਾ ਜੀ। ਹੁਣ ਜਿਸ ਵੇਲੇ ਮਹਾਰਾਜ ਭੱਟ ਜਿਹੜੇ ਆ ਉਹ ਗੁਰੂ ਸਾਹਿਬਾਨ ਦੀ ਉਸਤਤ ਕਰ ਰਹੇ ਆ ਜੀ ਜੀ ਜੀ, ਉਹ ਉਸਤਤ ਅਸਲ ਵਿੱਚ ਗੁਰੂ ਸਾਹਿਬਾਨ ਦੀ ਕਰ ਰਹੇ ਆ ਅਤੇ ਅਲੰਕਾਰ ਦੇ ਰਹੇ ਆ ਬਾਕੀ ਚੀਜ਼ਾਂ ਦੇ, ਜਿਹੜੇ ਦੇਵੀ ਦੇਵਤਿਆਂ ਦੇ ਅਲੰਕਾਰ ਆ ਉਹ ਅਲੰਕਾਰ ਤੋਂ ਨਿਕਲ ਕੇ ਗੱਲ ਕਿਸੇ ਨੂੰ ਇੰਡੀਕੇਟ ਕਰ ਰਹੀ, ਜਿੱਦਾਂ ਆਪਾਂ ਪਹਿਲਾਂ ਦੇਖਿਆ ਕਵਨ ਤੈਨੂੰ ਕਵਨ ਤੂੰ ਸੁਲਤਾਨ ਖਾਂ ਹੋ ਮੀਆਂ ਤੇਰੀ ਕਵਨ ਬੜਾਈ, ਅਲੰਕਾਰਤ ਗੱਲ ਆ ਅਲੰਕਾਰ, ਇੱਥੇ ਕਿਸੇ ਰਾਜੇ ਦੀ ਗੱਲ ਥੋੜ੍ਹੀ ਹੋ ਰਹੀ ਹੈ। ਹਾਂ ਉਹ ਐਂਡ ਰਿਜ਼ਲਟ ਲੈ ਕੇ ਜਾਂਦਾ ਵੀ ਇਹ ਨਾਰਾਇਣ ਨੂੰ ਕਿਹਾ ਬਸ ਜਿਹੜਾ ਪਾਣੀ 'ਚ ਰਹਿੰਦਾ, ਹਾਂ ਹਰੀ, ਹਾਂ। ਤੇ ਹੁਣ ਦੇਖੋ ਇਹ ਜਿਹੜੀ ਹੈਦਾਂ ਦੇ ਭੁਲੇਖੇ ਆ ਨਾ ਉਹ ਜਿਹੜੇ ਜਾਣੀ ਕਿ ਜਗਿਆਸੂ ਆ ਜਿਹੜੇ ਇੱਧਰ ਨੂੰ ਖੋਜ ਕਰਨ ਤੁਰੇ ਹੋ ਆ ਉਹ ਭੰਬਲ ਭੂਸੇ 'ਚ ਪੈ ਜਾਂਦੇ ਆ, ਉਹ ਭੰਬਲ ਭੂਸੇ 'ਚ ਪੈ ਜਾਂਦੇ ਇਹਨਾਂ ਦੀ ਗੱਲਾਂ ਸੁਣ ਕੇ ਜੀ ਬਿਲਕੁਲ, ਹਾਲਾਂਕਿ ਉਹ ਜਿਹੜੀ ਗੁਰਮਤ ਦੀ ਜਿਹੜੀ ਸੋਚ ਆ ਉਹ ਤੋਂ ਕੋਹਾਂ ਦੂਰ ਆ ਬਿਲਕੁਲ ਬਿਲਕੁਲ। ਹੁਣ ਜਿੱਦਾਂ ਗੁਰਮਤ ਦੀ ਸੋਚ ਮੈਂ ਰੱਖ ਕੇ ਗੱਲ ਕਰਦਾ ਸੀਗਾ ਭਈ ਜਦੋਂ ਸਿੱਖ ਨੇ ਐਜ਼ ਏ ਸਿੱਖ ਰਿਸਰਚ ਕਰਨੀ ਆ ਫਿਰ ਤਾਂ ਉਹਨੂੰ ਪਤਾ ਕਿ ਮੇਰਾ ਫੰਡਾਮੈਂਟਲ ਕੀ ਆ। ਹੁਣ ਗੁਰੂ ਸਾਹਿਬ ਜੀ ਨੇ ਇੱਕ ਸਿੱਖ ਨੂੰ ਇਹ ਕਿਹਾ ਕਿ ਸੋ ਸਿੱਖ ਸਖਾ ਬੰਧਪ ਹੈ ਭਾਈ ਜੋ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਝੂਟਾਂ ਖਾਏ। ਹੁਣ ਜਦੋਂ ਤਾਂ ਇਨਸਾਨ ਜਿਹੜਾ ਸਿੱਖ ਆ ਉਹਦੇ ਅੰਦਰ ਇਹ ਸਾਇਕੀ ਹੈਗੀ ਹੈ ਕਿ ਮੈਂ ਗੁਰੂ ਦੇ ਭਾਣੇ ਅਨੁਸਾਰ ਚੱਲਣਾ। ਹੁਣ ਗੁਰੂ ਜਿਹੜਾ ਆਦਿ ਆ ਉਹ ਹੈਗੀ ਜੋਤ, ਭਾਵ ਜਿਹੜਾ ਸਭ ਦਾ ਗੁਰੂ ਆ ਨਿਰੰਕਾਰ ਆਪ ਆ, ਅਤੇ ਨਿਰੰਕਾਰ ਦਾ ਗਾਉਣਿਆ ਮਾਇਆ ਦੇ ਪ੍ਰਭਾਵ ਤੋਂ ਮੁਕਤ ਆ। ਹੁਣ ਮਾਇਆ ਦੇ ਪ੍ਰਭਾਵ ਤੋਂ ਮੁਕਤ ਸੋਚ ਵਾਲਾ ਮੂਰਤੀ ਦਾ ਪੁਜਾਰੀ ਕਿੱਦਾਂ ਬਣ ਜੂ? ਕਿਉਂਕਿ ਮੂਰਤੀ ਤਾਂ ਇੱਕ ਮਾਇਆ ਆ, ਇੱਕ ਮਟੀਰੀਅਲ ਆ, ਉਹ ਮਟੀਰੀਅਲ ਬਣਾਉਣ ਵਾਲਾ ਕੋਈ ਹੋਰ ਆ,
ਤੇ ਮੂਰਤੀ ਬਣਾਉਣ ਵਾਲਾ ਕੋਈ ਹੋ ਰਿਹਾ ਤੇ ਮੂਰਤੀ ਦੇ ਵਿੱਚ ਜਿਹੜਾ ਵੱਸਦਾ ਆ ਉਹ ਕਿੱਦਾਂ ਉਹਦਾ ਪੁਜਾਰੀ ਬਣ ਜੂਗਾ। ਸੋ ਇਸ ਕਰਕੇ ਗੁਰਮਤ ਦੇ ਆਸ਼ੇ ਤੋਂ ਉਲਟ ਜਿਹੜੀ ਸੋਚ ਆ ਉਹ ਹੈਗੀ ਵਿਪਰ ਸੋਚ। ਵਿਪਰ ਸੋਚ ਦੇ ਵਿੱਚ ਇਹ ਹੁੰਦਾ ਕਿ ਕੁਛ ਗੱਲਾਂ ਇੱਧਰੋਂ ਚੱਕ ਲਓ ਕੁਛ ਗੱਲਾਂ ਉੱਧਰੋਂ ਚੱਕ ਲਓ, ਮਤਲਬ ਲੱਤ ਕਿਸੇ ਦੀ ਬਾਂਹ ਕਿਸੇ ਦੀ ਸਾਖੀ ਬਣਾਉਣੀ ਆ ਸਾਖੀ ਬਣਾ ਕੇ ਸੁਣਾ ਦਿਓ ਲੋਕਾਂ ਸੁਣ ਲੈਣੀ ਆ। ਆਮ ਸਾਈਕੀ ਹਿਊਮਨ ਦੀ ਹਰੇਕ ਧਰਮ ਦੇ ਅੰਦਰ ਬਹੁਤਾਤ ਹਿੱਸਾ ਜਿਹੜਾ ਇਹ ਹੀ ਆ ਕਿ ਵਿਚਾਰਿਆਂ ਨੂੰ ਨਾ ਤਾਂ ਧਰਮ ਦਾ ਪਤਾ ਕਾਹੇ ਦਾ, ਉਹ ਸਿਰਫ ਅਤੇ ਸਿਰਫ ਜਿੱਦਾਂ ਹਾਂ ਭਈਆ ਜੀ ਭਈਆ ਕਹਿ ਕੇ ਬਸ ਆਪਣਾ ਟਾਈਮ ਗੁਜ਼ਾਰਦੇ ਆ। ਕਿਉਂ? ਆਮ ਜਿਹੜੀ ਸੋਚ ਆ ਉਹ ਸਿਰਫ ਰੋਟੀ ਕੱਪੜਾ ਮਕਾਨ ਅਤੇ ਚੌਥਾ ਉਹਨਾਂ ਦਾ ਜਿਹੜਾ ਗ੍ਰਹਿਸਥ ਆ ਬਸ ਇਹਦੇ ਦੁਆਲੇ ਜੀਵਨ ਦੇ ਵਿੱਚ ਲੱਗੇ ਹੋ ਆ, ਹੋਰ ਧਰਮ ਦੇ ਵਿੱਚ ਤਾਂ ਇੰਟਰਸਟ ਹੀ ਹੈ ਨਹੀਂਗਾ। ਅੱਜ ਜਿਹੜੇ ਸਾਡੇ ਧਾਰਮਿਕ ਸਥਾਨ ਆ ਜਾਂ ਗੁਰਦੁਆਰਾ ਸਾਹਿਬਾਨ ਆ ਜਾਂ ਹੋਰ ਇਹ ਸਾਰੇ ਸੋਸ਼ਲਾਈਜ਼ਿੰਗ ਕਰਨ ਦੇ ਲਈ ਲੋਕ ਵਰਤ ਰਹੇ ਆ, ਬਰਥਡੇ ਆ ਗਿਆ ਆ ਜਾਓ, ਜੇ ਕਿਸੇ ਦਾ ਮਰਨ ਆ ਤਾਂ ਆ ਜਾਓ, ਬਸ ਇੱਥੇ ਇੱਕ ਤੱਕਰੇ ਗੱਲ ਰਹਿ ਗਈ ਆ। ਜਿਹੜਾ ਅੰਦਰ ਪ੍ਰੇਮ ਸੀਗਾ ਗੁਰੂ ਦੇ ਲਈ ਉਹਦੇ ਵਿੱਚ ਬਹੁਤ ਘਾਟਾ ਪੈ ਚੁੱਕਿਆ। ਇਸ ਘਾਟੇ ਨੂੰ ਪੂਰਾ ਕਰਨ ਦੇ ਲਈ ਇਹ ਜ਼ਰੂਰੀ ਆ ਕਿ ਗੁਰਦੁਆਰਿਆਂ ਦੇ ਜਿਹੜੇ ਆਪਣਾ ਪ੍ਰਚਾਰ ਦਾ ਸਾਧਨ ਜਿਹੜੇ ਫਾਰਮੈਟ ਆ ਉਹਨਾਂ ਨੂੰ ਚੇਂਜ ਕਰਨਾ ਪੈਣਾ। ਜੇ ਅਸੀਂ ਚੇਂਜ ਨਾ ਕਰਾਂਗੇ ਤਾਂ ਫਿਰ ਇੱਕ ਦਿਨ ਸਾਡੀ ਹਾਲਤ ਵੀ ਚਾਚਾਂ ਵਾਂਗੂ ਹੋ ਸਕਦੀ ਆ। ਅੱਛਾ, ਉੱਥੇ ਮੈਨੂੰ ਹੁਣ ਉਹ ਜਿਹੜੀ ਗੱਲ ਮੈਂ ਕਰਦਾ ਸੀ, ਹਾਂਜੀ, ਉਹਦੇ ਵਿੱਚ ਬੁਨਿਆਦੀ ਤੌਰ 'ਤੇ ਗੱਲ ਸਮਝਣ ਦੀ ਬਹੁਤ ਲੋੜ ਆ। ਜਿਸ ਵੇਲੇ ਤੁਸੀਂ ਗੁਰਬਾਣੀ ਦੀ ਵਿਚਾਰ ਦੇ ਵਿੱਚ ਪੈਂਦੇ ਹੋ, ਜੀ ਜੀ, ਕਿ ਬੁਨਿਆਦੀ ਤੌਰ 'ਤੇ ਗੁਰਮਤ ਨੇ ਸਿਰਫ ਸ਼ਬਦ ਨੂੰ ਹੀ ਗੁਰੂ ਮੰਨਿਆ। ਬਿਲਕੁਲ, ਹੈਂ, ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਸ਼ੁਰੂਆਤ ਦੇ ਵਿੱਚ ਹੀ ਕਹਿ ਦਿੱਤਾ ਸੀ ਬਈ ਸ਼ਬਦ ਗੁਰੂ ਸੁਰਤ ਤੁਲ ਚੇਲਾ। ਬਿਲਕੁਲ, ਇਹ ਤੋਂ ਇਹ ਸਾਡਾ ਸਿਧਾਂਤ ਆ। ਜੀ ਜੀ ਜੀ, ਹੁਣ ਜਿਹੜਾ ਸ਼ਬਦ ਆ ਇਹ ਵੀ ਅਕਾਲ ਪੁਰਖ ਤੋਂ ਆਇਆ ਮੰਨਦੇ, ਇਹ ਵੀ ਇੱਕ ਸਿਧਾਂਤ ਆ। ਜੇ ਤੁਰਕੀ ਬਾਣੀ ਆਈ, ਜਿਸ ਵੇਲੇ ਤੁਰਕੀ ਬਾਣੀ ਅਸੀਂ ਇਹ ਮੰਨਦੇ ਹਾਂ ਫਿਰ ਇਹ ਬਾਹੋ ਬਾਹੋ ਬਾਣੀ ਨਿਰੰਕਾਰ ਹੈ, ਸਾਨੂੰ ਇਹ ਵੀ ਪਤਾ। ਬਿਲਕੁਲ, ਹੁਣ ਜਿਹੜੇ ਸਰੀਰਾਂ ਦਾ ਅਸੀਂ ਸਤਿਕਾਰ ਇਸ ਕਰਕੇ ਗੁਰੂ ਸਾਹਿਬਾਂ ਦੇ ਕਰਦੇ ਹਾਂ ਕਿਉਂਕਿ ਉਹਨਾਂ ਦੇ ਅੰਦਰ ਉਹ ਸ਼ਬਦ ਆਇਆ, ਸ਼ਬਦ ਦਾ ਵਾਸਾ ਸੀ, ਉਹ ਸ਼ਬਦ ਹੁੰਦਾ ਉਹਨਾਂ ਅੰਦਰ ਵਸਿਆ, ਉਹ ਸ਼ਬਦ ਉਹਨਾਂ ਤੋਂ ਸਾਨੂੰ ਮਿਲਿਆ ਜੀ, ਇਸ ਕਰਕੇ ਹੀ ਉਹ ਅਸੀਂ ਉਹਨਾਂ ਦੇ ਸਰੀਰਾਂ ਦਾ ਸਤਿਕਾਰ ਕਰਦੇ। ਬਿਲਕੁਲ, ਪਰ ਜੇ ਉਹ ਸ਼ਬਦ ਉਹਨਾਂ ਦੇ ਸਰੀਰਾਂ ਵਿੱਚ ਨਾ ਵਸਿਆ ਹੁੰਦਾ ਜੀ ਤਾਂ ਉਹਨਾਂ ਦਾ ਗੁਰੂ ਕਰਕੇ ਸਤਿਕਾਰ ਥੋੜਾ ਹੋਣਾ ਸੀ। ਉਹ ਨਾਲੇ ਗੁਰੂ ਮਹਾਰਾਜ ਦੇ ਬੱਚੇ ਦੇਖ ਲਓ, ਪਿਰਥੀ ਚੰਦ ਦੇਖ ਲਓ, ਇੱਧਰ ਸ੍ਰੀ ਚੰਦ, ਲਕਸ਼ਮੀ ਦਾਸ, ਦਾਤੂ, ਦਾਸੂ ਜੀ, ਉਹ ਤੋਂ ਬਾਅਦ ਆਪਣੇ ਮੋਹਨ ਜੀ, ਇਹ ਸਾਰੇ ਗੁਰੂ ਘਰ ਦੇ ਸੰਤਾਨ ਹੀ ਆ। ਤੁਸੀਂ ਇਹਨਾਂ ਵੱਲ ਦੇਖ ਲਓ, ਅਸੀਂ ਉਹਨਾਂ ਦੇ ਸਰੀਰਾਂ ਨੂੰ ਕਿੰਨਾ ਕੁ ਪੂਜਦੇ ਹਾਂ। ਸੋ ਜਿਹਦੀ ਜਿਹੜੇ ਤਖਤ ਬਹੇ ਤਖਤ ਦੇ ਕੇ ਲਾਇਕ। ਸੋ ਗੱਲ ਇਹ ਆ ਵੀ ਜਿਹਦੀ ਵੈਲਿਊ ਆ ਉਹਨੂੰ ਹੀ ਇਨਸਾਨ ਉਹਨੂੰ ਮਹੱਤਤਾ ਦਿੰਦਾ। ਜਿਸ ਵੇਲੇ ਵਾਹਿਗੁਰੂ ਅਸੀਂ ਕਹਿੰਦੇ ਹਾਂ ਜੀ, ਤਾਂ ਇੱਥੇ ਵਾਹਿਗੁਰੂ ਲਫ਼ਜ਼ ਜਿਹੜਾ ਆ ਉਹ ਗੁਰੂ ਸਾਹਿਬਾਨ ਦੀ ਉਸਤਤ ਕਰ ਰਹੇ ਜੀ, ਉਹਦੇ ਮੁਤਾਲਕ ਉਚਾਰਨ ਕੀਤਾ। ਉਹ ਕਰ ਇਹ ਰਹੇ ਆ ਵੀ ਤੁਹਾਡੇ ਅੰਦਰੋਂ ਨਿਰੰਕਾਰ ਦੇ ਪੂਰੇ ਗੁਣ ਦੱਸ ਰਹੇ ਆ, ਭਾਵ ਜੇ ਸਰਗੁਣ ਸਰੂਪਤਾ ਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਤੁਸੀਂ ਉਹ ਕੰਮ ਕਰ ਰਹੇ ਆ ਜੋ ਰੱਬੀ ਹੁਕਮ ਆ, ਭਾਵ ਰੱਬ ਵਾਲੇ ਕੰਮ ਕਰ ਰਹੇ ਆ। ਹੇ ਗੁਰੂ ਤੂੰ ਵਾਹ ਆ, ਤੂੰ ਧੰਨ ਆ, ਧੰਨ ਆ ਜੀ, ਅਤੇ ਉਹਦੀ ਸਿਫਤ ਕਰ ਰਹੇ ਆ। ਆਹੋ ਵੀ ਜਦੋਂ ਭੱਟ ਜਿਹਨਾਂ ਨੇ ਗੁਰੂ ਸਾਹਿਬ ਦੀ ਉਸਤਤ ਕੀਤੀ ਆ ਉਹਨਾਂ ਨੇ ਨਾਲ ਇਹ ਵੀ ਦੱਸਿਆ ਸੀਗਾ ਵੀ ਮੈਂ 2 ਵਰਸ ਘੁੰਮਦੇ ਰਹੇ ਹਾਂ, ਸਾਨੂੰ ਕਿਸੇ ਨਾਲ ਪਰਚਾ ਲਾਇਓ, ਠੀਕ ਹੈ ਠੀਕ। ਸੋ ਇਸ ਕਰਕੇ ਉੱਥੇ ਵੀ ਗੱਲ ਰਿਜ਼ਲਟ ਨਿਕਲ ਜਾਂਦਾ ਵੀ ਗੁਰੂ ਸਾਹਿਬ ਭੱਟ ਸਾਹਿਬ ਦੀ ਜਿਹੜੀ ਅਵਸਥਾ ਕੀ ਆ, ਉਹ ਕੀ ਦੇਖਣਾ ਚਾਹੁੰਦੇ ਸੀ, ਉਹ ਇਹੀ ਦੇਖਣਾ ਚਾਹੁੰਦੇ ਸੀ ਜਿਹੜੇ ਕਹਿਣੀ ਅਤੇ ਕਥਨੀ ਦੇ ਇੱਕ ਹੋਣ। ਉਹ ਕਹਿੰਦੇ ਗੁਰੂ ਤਾਂ ਸਾਡੀ ਪਹਿਲਾਂ ਹੀ ਬਹੁਤ ਦੇਖੇ ਆ, ਜਿਹੜੇ ਕਹਿਣਦੇ ਕੁਛ ਹੋ ਰਿਹਾ ਕਰਦੇ ਕੁਛ ਹੋ ਰਿਹਾ। ਕਹਿੰਦੇ ਕਹਿਣੀ ਤਾਂ ਕਥਨੀ ਗੁਰੂ ਅਰਜਨ ਦੇਵ ਜੀ ਤੱਕ ਆ ਕੇ ਪ੍ਰਵਾਨਿਤ ਸੰਦੇਸ਼ ਪਈ ਆ ਵੀ ਆਹ ਆ ਪ੍ਰਵਾਨਿਤ ਗੱਲ। ਸੋ ਜਿਹੜੀ ਗੱਲ ਕਹਿੰਦੇ ਸੀ ਉਹ ਕਰਦੇ ਸੀ। ਅੱਛਾ, ਹੁਣ ਆਪਾਂ ਆਪਣੇ ਕੰਸੈਪਟ ਵੱਲ ਆਈਏ। ਗੁਰੂ ਪਾਤਸ਼ਾਹ ਸਾਨੂੰ ਦੱਸ ਰਹੇ ਆ ਕਿ ਏਤੇ ਕੂਕਰ ਹਉ ਬੇਗਾਨਾ ਭੌਂਕਾ ਇਸਤਨਤਾਈ, ਭੌਂਕਾ ਇਸਤਨਤਾਈ ਜੀ। ਹੇ ਮਾਲਕ ਜੀ, ਹੇ ਵਾਹਿਗੁਰੂ ਜੀ, ਇਹ ਮੇਰੇ ਅੰਦਰ ਸਰੀਰ ਦੇ ਬੇਅੰਤ ਅਣਗਿਣਤ ਕਾਮਾਦਿਕ ਕੁੱਤੇ ਫਿਰਦੇ ਆ, ਹੁਣ ਉਹਨਾਂ ਦੇ ਵਿੱਚ ਮੈਂ ਇਸ ਤਰ੍ਹਾਂ ਆ ਫਸਿਆ ਜਿੱਦਾਂ ਕੋਈ ਓਪਰਾ ਕੁੱਤਾ ਕੁੱਤਿਆਂ ਦੇ ਵਿੱਚ ਆ ਫਸ ਜਾਂਦਾ,
ਉਹ ਹੁਣ ਜੇ ਮੈਂ ਤੇਰੇ ਗੁਣ ਉਚਾਰਦਾ ਹਾਂ, ਉਹਨਾਂ ਨੂੰ ਬੋਲਦਾ ਹਾਂ, ਉਹ ਇਸ ਕਰਕੇ ਬੋਲਦਾ ਕਿ ਇਹਨਾਂ ਕੁੱਤਿਆਂ ਤੋਂ ਮੇਰਾ ਬਚਾਅ ਹੋ ਜਾਵੇ, ਜਿੱਦਾਂ ਓਪਰਾ ਕੁੱਤਾ ਹੋ ਜਾਵੇ, ਜਿੱਦਾਂ ਓਪਰਾ ਕੁੱਤਾ ਭੌਂਕਦਾ ਆ ਦੂਜਿਆਂ ਕੁੱਤਿਆਂ ਤੋਂ ਬਚਣ ਲਈ। ਬਿਲਕੁਲ, ਉਹ ਕੋਈ ਜਾਣੀ ਕਿ ਆਪਣੇ ਬਚਾਅ ਲਈ ਕਰਦਾ। ਉਹ ਬਿਲਕੁਲ ਜੀ, ਜਦੋਂ ਤੁਸੀਂ ਓਪਰਾ ਕੁੱਤਾ ਦੇਖਦੇ ਆ, ਉਹ ਕੁੱਤਾ ਵਿਚਾਰਾ ਨਾਲੇ ਤਾਂ ਆਪਣੀ ਪੂਛ ਕੁੱਟੀ ਜਾਂਦਾ, ਨਾਲੇ ਮੂੰਹ ਨਾਲ ਦੰਦੀਆਂ ਜਿਹੀਆਂ ਕੱਢੀ ਜਾਂਦਾ, ਉਹਨਾਂ ਨੂੰ ਡਰਾਉਂਦਾ ਵੀ ਆ, ਉਹ ਮਤਲਬ ਅੰਦਰੋਂ ਡਰਿਆ ਹੁੰਦਾ। ਸੋ ਜਿਹੜੋ ਏਦਾਂ ਹੀ ਓਪਰੇ ਇਕੱਲੇ ਚੌਂ ਲੱਤਾਂ ਵਾਲੇ ਦੇ ਨੇ, ਦੋ ਲੱਤਾਂ ਵਾਲੇ ਵੀ ਇਹੀ ਕੁਛ ਕਰਦੇ ਆ, ਜੇ ਕੋਈ ਓਪਰਾ ਜਿਹਾ ਉਹਨਾਂ ਦੇ ਵਿੱਚ ਆ ਜਾਵੇ ਤਾਂ ਉਹਨੂੰ ਐਨ ਜਲੀਲ ਕਰ ਦਿੰਦੇ ਆ। ਸੋ ਇਸ ਕਰਕੇ ਉਹ ਕਹਿੰਦੇ ਵੀ ਜਿਹੜੇ ਇਹ ਬਕਾਰੀ ਕੁੱਤੇ ਆ, ਜਿੱਦਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ, ਜਿਹੜਾ ਹੰਕਾਰ ਆ ਇਹਨੂੰ ਛੱਡ ਕੇ ਜਿਹੜੇ ਬਾਕੀ ਦੇ ਚਾਰ ਆ, ਕਿਉਂਕਿ ਜਿਹੜਾ ਹੰਕਾਰ ਤਾਂ ਇਹਦਾ ਸਰਪੰਚ ਆ ਸਾਰਿਆਂ ਦਾ, ਜਿਹੜੇ ਬਾਕੀ ਆ ਜਿੱਦਾਂ ਕਾਮ ਆ, ਕ੍ਰੋਧ ਆ, ਲੋਭ ਆ, ਇਹ ਜਿਹੜੇ ਮੋਹ ਆ, ਇਹ ਆਉਂਦੇ ਆ ਅਤੇ ਚਲ ਜਾਂਦੇ ਆ, ਆਉਂਦੇ ਆ ਅਤੇ ਚਲ, ਜਜ਼ਬਾ ਜਿਹਾ ਆਉਂਦਾ ਫਿਰ ਖਤਮ ਹੋ ਜਾਂਦਾ। ਮਤਲਬ ਇਹ ਕੋਂਸਟੈਂਟ ਜਿਹੜਾ ਲਗਾਤਾਰ ਨੇਗਾ ਸਾਡੇ ਅੰਦਰ ਪ੍ਰਭਾਵ, ਹੌਲੀ ਹੌਲੀ ਆ, ਕਦੇ ਆਉਂਦਾ ਕਦੇ ਚਲ ਜਾਂਦੇ। ਪਰ ਜਿਹੜਾ ਹੰਕਾਰ ਆ ਇਹ ਓਲਵੇਜ਼ ਹੀ ਸਾਡੇ ਅੰਦਰ ਟਰੈਵਲ ਰਹਿੰਦਾ, ਕਿਉਂਕਿ ਅਸੀਂ ਜਿਹੜਾ ਕਿਰਜਾ ਕਿਰਿਆ ਕਰਨੀ ਆ ਉਹ ਹੰਕਾਰ ਦੇ ਪ੍ਰੇਰਿਓ ਹੀ ਕਰਦੇ ਹਾਂ, ਭਾਵ ਹੋਂ ਮਤ ਦੇ ਪ੍ਰੇਰਿਓ ਹੀ ਕਰਦੇ ਹਾਂ। ਉਹ ਸੱਦ ਲੈਂਦਾ ਦੂਜਿਆਂ ਨੂੰ ਵੀ, ਉਹ ਬਾਕੀਆਂ ਨੂੰ ਆ ਜਾਂਦਾ, ਕਹਿੰਦਾ ਵੀ ਅੱਜ ਸ਼ਿਕਾਰ ਆ ਗਿਆ, ਹੱਥ ਪਿਆ ਜਾਓ, ਇੱਕ ਭੌਂਕਦਾ ਬਾਕੀ ਸਭ ਆ ਜਾਂਦੇ ਉਸੇ ਵੇਲੇ। ਸੋ ਇਸ ਤਰੀਕੇ ਨਾਲ ਜਦੋਂ ਉਹ ਓਪਰਿਆਂ ਦੇ ਵਿੱਚੋਂ ਜਦੋਂ ਉਹ ਵਿਚਾਰਾ ਜਿਹੜਾ ਇਨਾਸੈਂਟ ਆ ਫਸ ਗਿਆ, ਤਾਂ ਉਹ ਫਿਰ ਹੁਣ ਕੋਈ ਨਾ ਕੋਈ ਸਾਧਨ ਲੱਭਦਾ ਮੇਰਾ ਇਹਨਾਂ ਤੋਂ ਬਚਾਅ ਹੋ ਜਾਵੇ। ਮਨ ਜਿਹੜਾ ਕਮਜ਼ੋਰ ਆ, ਕਮਜ਼ੋਰ ਮਨ ਸਾਧਨ ਲੱਭਦਾ ਫਿਰਦਾ ਵੀ ਮੇਰਾ ਕਿਸੇ ਤਰ੍ਹਾਂ ਇਹਨਾਂ ਤੋਂ ਛੁਟਕਾਰਾ ਹੋਵੇ, ਭਾਵ ਜਿਹੜੇ ਕਾਮ ਬਕਾਰੀ ਜਿਹੜੀ ਇਹ ਡਰਾਈਵਸ ਆ ਉਹ ਇਹਨੂੰ ਬਹੁਤ ਜਲੀਲ ਹੋ ਰਿਹਾ ਅੰਦਰੋਂ। ਤਾਂ ਉਹ ਕਹਿੰਦੇ ਵੀ ਗੱਲ ਇਹ ਆ ਵੀ ਜਦੋਂ ਮਾਲਕ ਦਾ ਨਾਮ ਇਹਦੇ ਹਿਰਦੇ 'ਚ ਆਉਣਾ ਤਾਂ ਜਾ ਕੇ ਇਹਦਾ ਬਚਾਅ ਹੋਣਾ। ਹਾਂਜੀ, ਅਤੇ ਹੁਣ ਇੱਥੇ ਮਹਾਰਾਜ ਸਾਨੂੰ ਇਹੀ ਇੱਕ ਅਲੰਕਾਰ ਦੇ ਰਹੇ ਆ ਬਈ ਹੇ ਮਾਲਕ ਜੀ, ਜਾਂ ਸਿੱਖ ਨੂੰ ਵੀ ਇਹੀ ਸਿਖਾ ਰਹੇ ਆ ਬਈ ਜੇ ਤੈਂ ਕਮਾਦਕ ਕੁੱਤਿਆਂ ਤੋਂ ਬਚਣਾ ਆ ਤਾਂ ਤੈਨੂੰ ਉਹਦੀ ਸਿਫਤ ਕਰਨੀ ਪੈਣੀ ਆ ਜੀ, ਜਿਹਨੂੰ ਕਿੱਥੇ ਮਹਾਰਾਜ ਨੂੰ ਭੌਂਕਣਾ ਕਹਿੰਦੇ। ਬਿਲਕੁਲ ਹਾਂਜੀ, ਉਸ ਮਾਲਕ ਦੀ ਤੂੰ ਸਿਫਿਆ ਸਿਫਤ ਕਰ ਤਾਂ ਕਿ ਇਹਨਾਂ ਤੋਂ ਕੁੱਤਿਆਂ ਤੋਂ ਤੇਰਾ ਬਚਾਅ ਹੋ ਜਾਵੇ, ਤੇਰਾ ਬਚਾਅ ਹੋ ਜਾਵੇ, ਗੱਲ 'ਚ ਪਟਾ ਪਾ ਲਾ। ਪਟਾ ਕਬੀਰ ਜੀ ਨੇ ਵੀ ਬਹੁਤ ਵਧੀਆ ਇਹ ਅਲੰਕਾਰ, ਕਈ ਵਾਰੀ ਗੁਰੂ ਨਾਨਕ ਪਾਤਸ਼ਾਹ ਨੇ ਹੋਰ ਵੀ ਸ਼ਬਦਾਂ ਦੇ ਵਿੱਚ ਇਹ ਕੁੱਕਰ ਦਾ ਜਿਹੜਾ ਅਲੰਕਾਰ ਬਹੁਤ ਵਰਤਿਆ, ਕਬੀਰ ਜੀ ਨੇ ਵੀ ਇੱਕ ਥਾਂ 'ਤੇ ਵਰਤਿਆ। ਕਬੀਰ ਜੀ ਕਹਿੰਦੇ ਆ, ਕਹਿੰਦੇ ਕਬੀਰ ਕੁੱਕਰ ਰਾਮ ਕਾ ਮੋਤੀਆ ਮੇਰਾ ਨਾਓ, ਪੜਾ ਹਮਾਰੇ ਜੇਵਰੀ ਜੈ ਖਿੰਚੇ ਤੈਂ ਜਾਓ। ਹੁਣ ਗੱਲ ਦੇ ਵਿੱਚ ਜਿਹੜਾ ਪਟਾ ਪਾਲਣਾ ਉਹ ਮਾਲਕ ਦੀ ਨਿਸ਼ਾਨੀ ਹੁੰਦੀ ਆ ਵੀ ਇਹ ਕੁੱਤੇ ਨੂੰ ਹੁਣ ਜਿਹੜੀ ਮਿਊਂਸੀਪਲ ਕਮੇਟੀ ਆ ਵੀ ਇਹ ਹੋਮਲੈਸ ਨਹੀਂ ਗਾ, ਇਹਦਾ ਕੋਈ ਮਾਲਕ ਹੈਗਾ। ਉਹ ਕਹਿੰਦੇ ਵੀ ਇਸ ਤਨ ਦੇ ਅੰਦਰ ਮੈਂ ਤਾਂ ਇੱਕ ਅਕਾਲ ਪੁਰਖ ਦੇ ਹੁਕਮ ਦੀ ਪਾਲਣਾ ਕਰਦਾ ਵੀ ਮੈਂ ਤਾਂ ਉਹਦਾ ਕੁੱਤਾ ਬਣ ਗਿਆ, ਮੇਰੇ ਗੱਲ 'ਚ ਉਹਦਾ ਪਟਾ ਪੈ ਗਿਆ, ਮੇਰਾ ਸੋਹਣਾ ਨਾਂ ਮੋਤੀ ਰੱਖ ਹੋ ਗਿਆ, ਹੁਣ ਬਾਕੀ ਦੇ ਜਿਹੜੇ ਆ ਉਹ ਮੇਰੇ 'ਤੇ ਆਪਣਾ ਪ੍ਰਭਾਵ ਨਹੀਂ ਪਾਉਂਦੇ, ਹੁਣ ਜਿਹੜੇ ਬਕਾਰ ਆ ਮੇਰੇ ਮਨ ਨੂੰ ਪੋਹ ਨਹੀਂ ਸਕਦੇ, ਜਿਹੜੇ ਬਾਕੀ ਦੇ ਕੁੱਤੇ ਆ ਉਹ ਸ਼ਾਂਤ ਹੋ ਕੇ ਬਹਿ ਗਏ। ਜਦੋਂ ਮਨ ਸੁਰਜੀਤ ਹੋ ਗਿਆ, ਜਦੋਂ ਮਨ ਆਤਮਿਕ ਜੀਵਨ ਵਿੱਚ ਚਲਾ ਗਿਆ, ਇਹਦੇ ਅੰਦਰ ਨਾਮ ਦੀ ਕਿਣਕ ਆ ਗਈ, ਗਿਆਨ ਦੀ ਕਿਣਕ ਆ ਗਈ, ਉਹ ਗਿਆਨ ਜਿਹਦੇ ਵਿੱਚ ਵਿਵੇਕ ਆ, ਜਿਹਦੇ ਵਿੱਚ ਸੱਚ ਝੂਠ ਦਾ ਨਿਰਣਾ ਕਰਨ ਦੀ ਸਮਰੱਥਾ ਆ, ਤਾਂ ਫਿਰ ਇਹ ਮਾਲਕ ਦੇ ਭਾਣੇ ਵਿੱਚ ਮਾਲਕ ਦੀ ਰਜ਼ਾ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦਾ। ਹਾਂਜੀ, ਹੁਣ ਇਹ ਵੀ ਦੇਖੋ ਅਲੰਕਾਰ ਜਿਹੜਾ ਆ ਇੱਕ ਬਹੁਤ ਸੋਹਣਾ ਅਲੰਕਾਰ ਮਹਾਰਾਜ ਨੇ ਪੇਸ਼ ਕੀਤਾ ਜੀ, ਬਿਲਕੁਲ, ਜਿਹੜਾ ਕਿ ਤਕਰੀਬਨ ਆਮ ਜ਼ਿੰਦਗੀ ਦੇ ਵਿੱਚ ਅਸੀਂ ਦੇਖਦੇ ਹਾਂ। ਬਿਲਕੁਲ ਬਿਲਕੁਲ, ਅਤੇ ਜਿਸ ਵੇਲੇ ਜਾਣੀ ਕਿ ਹੁਣ ਇਹ ਜਿਹੜੇ ਦੂਸਰੇ ਵਿਕਾਰ ਵੀ ਆ ਇਹ ਐਸੇ ਕੁੱਤੇ ਆ ਇਹ ਤੁਹਾਡੀ ਜਿੰਦ ਨੂੰ ਖਾ ਲੈਂਦੇ ਆ। ਬਿਲਕੁਲ, ਇੱਕ ਸਵਾਨ ਦੋ ਸਵਾਨ ਨਹੀਂ, ਕਬੀਰ ਜੀ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਸ੍ਰੀ ਰਾਗ ਦੇ ਵਿੱਚ ਵੀ ਇਹ ਨਿਰਣਾ ਕਰਕੇ ਦਿਖਾ ਲਿਆ। ਹਾਂਜੀ, ਅਤੇ ਇਹ ਤੁਹਾਡੀ ਜਿੰਦ ਨੂੰ ਖਾ ਜਾਂਦੇ ਆ। ਬਿਲਕੁਲ, ਜੇ ਤੁਸੀਂ ਆਪਣੀ ਜਿੰਦ ਨੂੰ ਸੁਖੀ ਰੱਖਣਾ ਆ ਜਾਂ ਇਹਨੂੰ ਬਚਾਉਣਾ ਆ, ਨਵੀਂ ਨਰੋਈ ਰੱਖਣਾ, ਹਾਂ ਤਾਂ ਤੁਹਾਨੂੰ ਜਿਸ ਤਰ੍ਹਾਂ ਇੱਕ ਓਪਰਾ ਕੁੱਤਾ ਬਚਦਾ ਉਹਨਾਂ ਤੋਂ, ਹਾਂ ਇੱਦਾਂ ਤੁਹਾਨੂੰ ਆਪਣਾ ਬਚਾਅ ਕਰਨਾ ਪੈਣਾ। ਬਿਲਕੁਲ ਬਿਲਕੁਲ ਬਿਲਕੁਲ, ਇਸੇ ਤਰੀਕੇ ਨਾਲ ਆ, ਹੋਰ ਕੋਈ ਸਾਧਨ ਨਹੀਂ ਗਾ, ਇਹੀ ਸਾਧਨ ਆ। ਇਸ ਸਾਧਨ ਦੇ ਵਿੱਚ ਪੈ ਕੇ ਹੀ ਅਸੀਂ ਵਿਕਾਰਾਂ ਦੀਆਂ ਲਹਿਰਾਂ ਦੇ ਭਾਂਬੜ ਦੇ ਵਿੱਚੋਂ ਬਚ ਕੇ ਸਾਬਤ
ਜਿੱਦਾਂ ਕਹਿ ਦਈਏ ਵੀ ਕੋਲਿਆਂ ਦੀ ਖਾਣ ਦੇ ਵਿੱਚੋਂ ਬਾਹਰ ਨਿਕਲ ਸਕਦੇ ਹਾਂ। ਇਹ ਜਿਹੜੇ ਕੋਲੇ ਆ, ਵਿਕਾਰਾਂ ਦਾ ਤਪਸ਼ ਆ, ਇਹ ਤਪਸ਼ ਦਾ ਸਹਾਰਾ, ਜਿਹੜਾ ਤਪਸ਼ ਆ ਉਹ ਫਿਰ ਸਾਡੇ ਮਨ ਨੂੰ ਪੋਹ ਨਹੀਂ ਸਕਦੀ। ਹੁਣ ਇਹ ਹੁਣ ਇੱਕ ਫਾਇਦਾ ਜਿਹੜਾ ਆ ਸਿਫਤ ਸਲਾਹ ਦਾ ਮਨੁੱਖ ਨੂੰ ਇਹ ਵੀ ਮਿਲਦਾ। ਜੀ ਬਿਲਕੁਲ, ਇੱਥੇ ਮਹਾਰਾਜ ਨੇ ਇੱਕ ਕਿਸਮ ਦਾ ਇਹ ਨਾਲ ਫਲ ਵੀ ਦਿੱਤਾ ਆ, ਫਲ ਦਿੱਤਾ ਆ। ਸਿਫਤ ਸਲਾਹ ਕਰਕੇ ਪ੍ਰਾਪਤੀ ਕੀ ਹੋਣੀ, ਤੁਹਾਨੂੰ ਪ੍ਰਾਪਤ ਕੀ ਹੋਣੀ ਆ? ਜੈ ਤੁਹਾਡਾ ਜਿਹੜਾ ਕਾਮਾਦਿਕ ਕੁੱਤੇ ਆ, ਜੈ ਇਹਨਾਂ ਦੇ ਕੋਲੋਂ ਤੁਹਾਡਾ ਬਚਾਅ ਹੋਣਾ। ਬਿਲਕੁਲ ਹੈ ਜੀ ਜੀ। ਤੇ ਜਿੱਦਾਂ ਜਿੱਦਾਂ ਤੁਸੀਂ ਉਹਦੀ ਸਿਫਤ ਮਾਲਕ ਦੀ ਕਰਨੀ ਆ ਜੀ, ਉੱਦਾਂ ਉੱਦਾਂ ਤੁਸੀਂ ਇਹ ਤੋਂ ਬਚਣਾ ਆ, ਇਹਨਾਂ ਤੋਂ ਬਚ ਕੇ ਤਾਂ ਤੁਸੀਂ ਆਪਣਾ ਜਿਹੜਾ ਜੀਵਨ ਹੈ ਉਹ ਸਫਲਾ ਕਰਨਾ। ਬਿਲਕੁਲ ਬਿਲਕੁਲ। ਸੋ ਇੱਥੇ ਸਾਡੇ ਅੱਜ ਦੇ ਸਮੇਂ ਦੀ ਸਮਾਪਤੀ ਹੈ ਅਤੇ ਅਸੀਂ ਵਿਚਾਰ ਕਰ ਰਹੇ ਸਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਮਹਾਨ ਸ਼ਬਦ 'ਤੇ ਜਿਹੜਾ ਉਹਨਾਂ ਨੇ ਰਾਗ ਬਿਲਾਵਲ ਦੇ ਵਿੱਚ ਉਚਾਰਨ ਕੀਤਾ। ਗੁਰੂ ਪਾਤਸ਼ਾਹ ਫਰਮਾਉਂਦੇ ਆ ਕਿ ਕਿਆ ਹੋ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਈ। ਹੇ ਵਾਹਿਗੁਰੂ, ਮੈਂ ਕੀ ਤੈਨੂੰ ਬਿਆਨ ਕਰਾਂ, ਕੀ ਮੈਂ ਤੇਰੀ ਉਸਤਤ ਕਰਾਂ, ਅਤੇ ਤੇਰਾ ਜਿਹੜਾ ਸਰੂਪ ਆ ਉਹ ਮੇਰੇ ਬਿਆਨ ਤੋਂ ਬਾਹਰ ਆਇਆ। ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ। ਰਤਾ ਭਰ ਜੇ ਮੈਂ ਤੇਰੀ ਕੋਈ ਸਿਫਤ ਸਲਾਹ ਕਰਦਾ ਹਾਂ ਉਹ ਵੀ ਮੈਂ ਉਹੀ ਕਰਦਾ ਜਿਤਨੀ ਕਿ ਤੂੰ ਮੈਨੂੰ ਸਮਰੱਥਾ ਬਖਸ਼ਦਾ ਆ, ਤੂੰ ਮੈਨੂੰ ਬੁੱਧ ਬਖਸ਼ਦਾ, ਮੈਨੂੰ ਤਾਕਤ ਦਿੰਦਾ, ਜਾਂ ਤੂੰ ਮੈਨੂੰ ਸੋਝੀ ਆਪਣੇ ਗੁਣਾਂ ਦੀ ਦਿੰਦਾ। ਏਤੇ ਕੂਕਰ ਹੋ ਬੇਗਾਨਾ ਭੌਂਕਾ ਇਸ ਤਨ ਤਾਈ। ਮੇਰਾ ਹਾਲ ਇਸ ਤਰ੍ਹਾਂ ਹੋਇਆ ਜਿਸ ਤਰ੍ਹਾਂ ਕਮਾਦਿਕ ਕੁੱਤਿਆਂ ਦੇ ਵਿੱਚ ਮੈਂ ਇੱਕ ਓਪਰਾ ਕੁੱਤਾ ਫਸ ਗਿਆ ਅਤੇ ਉਹਨਾਂ ਤੋਂ ਬਚਾਅ ਕਰਨ ਲਈ ਮੈਂ ਤੇਰੀ ਸਿਫਤ ਕਰਦਾ, ਤੇਰੇ ਨਾਮ ਨੂੰ ਮੈਂ ਇਹਨਾਂ ਦਾ ਭੌਂਕਣਾ ਕਰਦਾ ਤਾਂ ਕਿ ਉਹਨਾਂ ਕੁੱਤਿਆਂ ਤੋਂ ਮੇਰਾ ਬਚਾਅ ਹੋ ਜਾਵੇ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਸਭ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸਤਤ ਮਨ ਮੈਂ ਕਰ ਨਿਰੰਕਾਰ।